ਕਨੈਕਟ ਐਫਐਮ ਦੇ ਈਵਨਿੰਗ ਨਿਊਜ਼ ਬੁਲੇਟਿਨ ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਅੱਜ ਦੀਆਂ ਮੁੱਖ ਖਬਰਾਂ। ਡਾਕਟਰ ਬੋਨੀ ਹੈਨਰੀ ਨੇ ਜਾਰੀ ਕੀਤੇ ਆਦੇਸ਼। ਤਿੰਨ ਜਾਂ ਉਸ ਤੋਂ ਵਧੇਰੇ ਵਰਕਰਾਂ ਵਿਚਾਲੇ ਟ੍ਰਾਂਸਮਿਸ਼ਨ ਹੋਇਆ ਤਾਂ ਵਰਕਸੇਫ ਬੀਸੀ ਬੰਦ ਕਰ ਸਕਦਾ ਹੈ ਵਪਾਰ। ਬੀਸੀ ਵਿੱਚ ਫਿਰ ਟੁੱਟਿਆ ਕੋਵਿਡ-19 ਮਾਮਲਿਆਂ ਦਾ ਰਿਕਾਰਡ। 1293 ਮਾਮਲੇ ਹੋਏ ਰਿਪੋਰਟ। ਬੀਸੀ ਚ ਨਵੇਂ ਕੋਵਿਡ-19 ਨਿਰਦੇਸ਼ਾਂ ਕਾਰਨ ਪ੍ਰਭਾਵਿਤ ਵਪਾਰਾਂ ਨੂੰ $10,000 ਤੱਕ ਦੀ ਰਾਹਤ ਦਾ ਐਲਾਨ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ, ਗਨ ਹਿੰਸਾ ਇੱਕ ਮਹਾਮਾਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਸ਼ਰਮਸਾਰ ਕਰਨ ਵਾਲਾ ਮਸਲਾ। ਕਿਸਾਨਾਂ ਦੇ ਖਾਤੇ 'ਚ ਫਸਲਾਂ ਦੇ ਮੁੱਲ ਦੀ ਸਿੱਧੀ ਅਦਾਇਗੀ ਤੇ ਅੜੀ ਭਾਰਤ ਸਰਕਾਰ, ਨਹੀਂ ਸੁਣੀ ਪੰਜਾਬ ਸਰਕਾਰ ਦੀ ਗੱਲ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਬੀਸੀ 'ਚ ਕੋਵਿਡ-19 ਦੇ ਵੱਧਦੇ ਮਾਮਲਿਆਂ ਵਿਚਾਲੇ ਸੂਬੇ ਦੀ ਪ੍ਰੋਵਿੰਸ਼ੀਅਲ ਸਿਹਤ ਅਫਸਰ ਡਾਕਟਰ ਬੋਨੀ ਹੈਨਰੀ ਨੇ ਕੰਮ ਦੀਆਂ ਥਾਵਾਂ ਸੰਬੰਧੀ ਨਵੇਂ ਆਦੇਸ਼ ਜਾਰੀ ਕੀਤੇ ਹੈ। ਉਹਨਾਂ ਦੱਸਿਆ ਕਿ ਹੁਣ ਵਰਕਸੇਫ ਬੀਸੀ ਕੋਲ ਅਜਿਹੇ ਕਿਸੇ ਵੀ ਕਾਰੋਬਾਰ ਨੂੰ ਬੰਦ ਕਰਨ ਦਾ ਅਧਿਕਾਰ ਹੋਵੇਗਾ ਜਿੱਥੇ 3 ਜਾਂ ਉਸ ਤੋਂ ਵਧੇਰੇ ਵਰਕਰਾਂ ਵਿਚਾਲੇ ਟ੍ਰਾਂਸਮਿਸ਼ਨ ਹੋਇਆ ਪਾਇਆ ਜਾਵੇਗਾ। ਅਜਿਹੇ ਹਾਲਾਤਾਂ ਵਿੱਚ ਵਪਾਰ ਨੂੰ 10 ਦਿਨ ਜਾਂ ਉਸ ਤੋਂ ਵੱਧ ਸਮੇਂ ਲਈ ਬੰਦ ਕੀਤਾ ਜਾ ਸਕਦਾ ਹੈ। ਹਾਲਾਂਕਿ ਇਹ ਨਿਰਦੇਸ਼ ਸਾਰੇ ਵਪਾਰਾਂ ਤੇ ਲਾਗੂ ਨਹੀਂ ਹੋਣਗੇ ਤੇ ਇਸ 'ਚ ਕੁਝ ਨੂੰ ਛੋਟ ਹੋਵੇਗੀ। ਇਸ 'ਚ ਪੁਲਿਸ, ਫਾਇਰ, ਹੈਲਥ ਕੇਅਰ, ਟ੍ਰਾਂਸਪੋਰਟੇਸ਼ਨ ਤੇ ਗਰੋਸਰੀ ਸੰਬੰਧੀ ਥਾਵਾਂ ਤੇ ਇਸ ਨਿਯਮ ਤੋਂ ਛੋਟ ਹਾਸਲ ਹੋ ਸਕਦੀ ਹੈ। ਦੱਸਿਆ ਗਿਆ ਕਿ ਕੰਮ ਦੀਆਂ ਵੱਡੀਆਂ ਥਾਵਾਂ ਤੇ ਪਾਬੰਦੀ ਲਾਗੂ ਨਹੀਂ ਹੋਵੇਗੀ ਤੇ ਅਜਿਹੇ ਥਾਵਾਂ ਤੇ ਵਪਾਰਾਂ ਜਾਂ ਕਾਰੋਬਾਰਾਂ ਵਿੱਚ ਇੱਕ ਖਾਸ ਲੋਕੇਸ਼ਨ ਤੱਕ ਬੰਦ ਕੀਤੇ ਜਾਣ ਨੂੰ ਸੀਮਿਤ ਕੀਤਾ ਜਾ ਸਕਦਾ ਹੈ। When 3 or more workers have COVID-19 at a workplace that's determined by public health to be transmission in that workplace, we have an outbreak protocol that includes testing, that includes investigation of how that transmission might happen. And when it's determined that transmission has occurred at that location, public health will close that workplace for a period of time, for 10 days or longer as needed, to as one of the measures to limit spread in that workplace. BC ਚ COVID-19 ਦੇ 1293 ਮਾਮਲੇ ਰਿਪੋਰਟ ਹੋਏ ਹੈ। ਇਹ BC ਚ ਹੁਣ ਤੱਕ ਦਾ ਇੱਕੋ ਦਿਨ ਦਾ ਵਾਇਰਸ ਸੰਬੰਧੀ ਮਾਮਲਿਆਂ ਦਾ ਸਭ ਤੋਂ ਵੱਡਾ ਵਾਧਾ ਹੈ। ਦੁੱਖ ਦੀ ਗੱਲ ਸੀ ਕਿ 2 ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਵੀ ਦੱਸਿਆ ਗਿਆ। ਹੁਣ BC ਚ COVID-19 ਦੇ ਕੁੱਲ ਮਾਮਲਿਆਂ ਦੀ ਗਿਣਤੀ 1,08,273 ਤੱਕ ਪਹੁੰਚ ਗਈ ਹੈ। ਬੀਸੀ ਦੀ ਪ੍ਰੋਵਿੰਸ਼ੀਅਲ ਸਿਹਤ ਅਫਸਰ ਡਾਕਟਰ ਬੋਨੀ ਹੈਨਰੀ ਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1493 ਹੋ ਚੁੱਕੀ ਹੈ। ਬੀਸੀ 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 9,000 ਦਾ ਅੰਕੜਾ ਪਾਰ ਕਰਦੇ ਹੋਏ 9,184 ਤੱਕ ਪਹੁੰਚ ਗਏ ਹੈ। ਕੁੱਲ 336 ਲੋਕ ਹਸਪਤਾਲ 'ਚ ਦਾਖਲ ਹੈ ਤੇ ਇਸ 'ਚ 101 ਨੂੰ ICU 'ਚ ਰੱਖਿਆ ਗਿਆ ਹੈ। ਬੀਸੀ 'ਚ ਹੁਣ ਤੱਕ COVID-19 ਵੈਕਸੀਨ ਦੀਆਂ 9,95,001 ਖੁਰਾਕਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ। ਅੱਜ ਡਾਕਟਰ ਬੋਨੀ ਹੈਨਰੀ ਨੇ ਕਿਹਾ ਕਿ ਹੁਣ ਤੋਂ ਸੂਬੇ 'ਚ COVID-19 ਦੇ ਹਰ ਨਵੇਂ ਮਾਮਲੇ ਨੂੰ ਵਾਇਰਸ ਵੇਰੀਐਂਟ ਦਾ ਮਾਮਲਾ ਹੀ ਸਮਝਿਆ ਜਾਵੇਗਾ। We currently have 9,184 active cases across British Columbia, of whom 336 are in hospital right now, 101 people in critical care or ICU. And just to go quickly, to date we've delivered 995,001 doses of all 3 COVID vaccines across BC. BC ਸਰਕਾਰ ਨੇ 3 ਮਾਰਚ ਨੂੰ COVID-19 ਕਾਰਨ ਐਲਾਨੇ ਗਏ ਸੂਬਾ ਪੱਧਰੀ ਸਿਹਤ ਆਦੇਸ਼ਾਂ ਤੋਂ ਪ੍ਰਭਾਵਿਤ ਕਾਰੋਬਾਰਾਂ ਲਈ $50 ਮਿਲੀਅਨ ਦੀ ਨਵੀਂ ਸਰਕਟ ਬ੍ਰੇਕਰ ਬਿਜ਼ਨਸ ਰਿਲੀਫ ਗ੍ਰਾਂਟ ਦਾ ਐਲਾਨ ਕੀਤਾ ਹੈ। ਇਸ ਦੇ ਲਈ ਅਗਲੇ ਹਫ਼ਤੇ ਤੋਂ ਅਰਜ਼ੀਆਂ ਦਿੱਤੀਆਂ ਜਾ ਸਕਣਗੀਆਂ। ਇਸ ਸੰਬੰਧੀ ਐਲਾਨ ਕਰਦਿਆਂ BC ਦੇ ਮਿਨਿਸਟਰ ਆਫ ਜੌਬਸ, ਇਕਨੋਮਿਕ ਰਿਕਵਰੀ ਤੇ ਇਨੋਵੇਸ਼ਨ ਰਵੀ ਕਾਲੋ ਨੇ ਦੱਸਿਆ ਕਿ 14,000 ਪ੍ਰਭਾਵਿਤ ਕਾਰੋਬਾਰਾਂ ਨੂੰ ਕਿਰਾਏ, ਕਰਮਚਾਰੀਆਂ ਦੀਆਂ ਤਨਖਾਹਾਂ ਤੇ ਯੂਟਿਲਿਟੀਜ਼ ਜਿਹੇ ਖਰਚਿਆਂ ਲਈ ਇੱਕ ਵਾਰ ਦੇ ਲਈ $10,000 ਤੱਕ ਦਿੱਤੇ ਜਾਣਗੇ। ਹਾਲਾਂਕਿ ਇਸ ਦੇ ਲਈ ਉਹ ਵਪਾਰ ਯੋਗ ਨਹੀਂ ਹੋਣਗੇ ਜਿਨ੍ਹਾਂ ਨੂੰ ਸਿਹਤ ਨਿਰਦੇਸ਼ਾਂ ਦੀ ਉਲੰਘਣਾ ਕਾਰਨ ਬੰਦ ਕੀਤਾ ਗਿਆ ਹੋਵੇ। BC ਦੇ ਐਸਕਿਮਾ ਇਲਾਕੇ 'ਚ ਇੱਕ 12 ਸਾਲਾ ਲੜਕੇ 'ਤੇ ਹਮਲਾ ਕੀਤਾ ਗਿਆ। ਹਾਲਾਂਕਿ ਅਫਸਰਾਂ ਦਾ ਕਹਿਣਾ ਹੈ ਕਿ ਹਮਲਾਵਰ ਨੂੰ ਕਿਸੇ ਪ੍ਰਕਾਰ ਨਾਲ ਉਕਸਾਇਆ ਨਹੀਂ ਗਿਆ ਸੀ ਅਤੇ ਲੜਕੇ ਨੂੰ ਕਿਸੇ ਕਿਸਮ ਦੀਆਂ ਸਰੀਰਕ ਸੱਟਾਂ ਤੋਂ ਬਚਾ ਰਿਹਾ ਹੈ। ਵਿਕਟੋਰੀਆ ਪੁਲਿਸ ਦਾ ਕਹਿਣਾ ਹੈ ਕਿ ਲੜਕਾ ਬੁੱਧਵਾਰ ਸਵੇਰੇ ਕਰੀਬ 8 ਵਜੇ ਸਕੂਲ ਜਾ ਰਿਹਾ ਸੀ ਜਦ ਉਸਨੂੰ ਇੱਕ ਵਿਅਕਤੀ ਨੇ ਬਾਈਕ ਤੋਂ ਉਤਾਰ ਲਿਆ ਤੇ ਉਸਨੂੰ ਜੱਫਾ ਪਾ ਲਿਆ। ਪੁਲਿਸ ਅਨੁਸਾਰ ਬੱਚਾ ਜ਼ਮੀਨ ਤੇ ਲਿਟ ਗਿਆ ਤੇ ਉਸਨੇ ਆਪਣਾ ਚਿਹਰਾ ਢੱਕ ਲਿਆ ਤੇ ਹਮਲਾਵਰ ਨੇ ਉਸਦਾ ਬੈਕਪੈਕ ਖੋਣ ਦੀ ਕੋਸ਼ਿਸ਼ ਕੀਤੀ। ਦੱਸਿਆ ਗਿਆ ਕਿ ਇੱਕ ਹੋਰ ਵਿਅਕਤੀ ਨੇ ਅੱਗੇ ਵੱਧ ਕੇ ਲੜਕੇ ਦਾ ਬਚਾਅ ਕੀਤਾ ਅਤੇ ਹਮਲਾਵਰ ਨੂੰ ਲੜਕੇ ਤੋਂ ਦੂਰ ਧੱਕ ਦਿੱਤਾ। ਲੜਕਾ ਸਕੂਲ ਚਲਾ ਗਿਆ ਸੀ ਅਤੇ ਪੁਲਿਸ ਨੂੰ ਉਸ ਵੇਲੇ ਸੂਚਿਤ ਕੀਤਾ ਗਿਆ
जद उसने वापस घर परत के घटना बारे अपने परिवार नूं दस्या। फैडरल वैक्सीन वंड दे मुखी मेजर जनरल डेनी फोर्टैन दा कहना है कि देश विच हुण तक कोविड 19 वैक्सीन दीआं 10.5 मिलियन खुराकां दी वंड हो चुकी है। इस च 7 मिलियन तों वधेरे खुराकां नूं लोकां नूं प्रदान कीता जा चुक्या है। अगले हफ्ते 8,55,000 खुराकां होर कैनेडा पहुँच रही हैं। अप्रैल दे आखिरी हफ्ते च 1.2 मिलियन खुराकां कैनेडा पहुँचण दी जानकारी दित्ती गई है। अप्रैल ते मई दे दौरान हर हफ्ते देश च 1 मिलियन खुराकां पहुँच रही हैं। अगले 3 महीने च कुल 17 मिलियन खुराकां कैनेडा पहुँचण बारे दस्या गया। कैनेडा कोल कोवैक्स इंटरनेशनल वैक्सीन शेयरिंग प्रोग्राम जरिए 3,16,800 खुराकों की डिलीवरी भी हुई है। यह डिलीवरी अज ही हुई है। हालांकि ओटवा का इस प्रोग्राम जरिए डोज न हासिल करने का फैसला सवालों के घेरे च है। इस प्रोग्राम जरिए करीब 100 देशों को वैक्सीन प्रदान की जा चुकी है, पर विश्व के कई गरीब देश अजिहे है जिन्हों को अजे वैक्सीन की एक भी खुराक नहीं पहुंची है। Of approximately 317,000 doses of AstraZeneca arrived this morning in Canada. Distribution across the country has started already this morning and is expected to be completed by tomorrow. Canada de Deputy Chief Public Health Officer Dr. Howard New da kehna hai ki Canada vich ajay vi Oxford AstraZeneca vaccine nal sambandhit kise blood clots diyan reports ujagar nahi hoyan. Ottawa ch ek news conference dauran Dr. New ne dassya कि सेहत अधिकारी लगातार जांच कर रहे हैं कि किसी भी वैक्सीन नाल संबंधित कोई गलत प्रभाव तो उजागर नहीं हो रहे। उन्होंने कहा कि 400 के करीब होर प्रभावों का पता जरूर लगे पर हुण तक कोई ब्लड क्लॉट्स दी रिपोर्ट्स नहीं आई। कैनेडा च हुण तक 7 मिलियन तो वधेरे वैक्सीन डोज प्रदान कीतियां जा चुकी हैं। जुलाई के महीने तक 30 मिलियन खुराकां प्रदान करने की कोशिश की गल आखी गई है। डॉक्टर हॉवर्ड न्यू ने यह भी कहा कि वायरस के वेरियंट्स के नाल एक सख्त दौड़ जारी है, पर उन्होंने कहा कि इसते काबू पाउण वास्ते वैक्सीनेशन एक तरीका जरूर है पर एक लौहता तरीका नहीं है। I think there's been about 400 or so serious events like severe allergic reactions that have been looked into, but in terms of the rare sort of a thromboembolic event that's been reported in Europe, here in Canada to date, no, we have not had any of those events reported. अमेरिकी राष्ट्रपति जो बाइडेन ने अज कहा है कि अमेरिका विच वधदी गन हिंसा एक महामारी है ते अंतरराष्ट्रीय पद्धर ते शर्मसार कर देण वाला मसला है। उन्हां जी करीब अद्धा दर्जन एग्जैक्टिव एक्शंस दा ऐलान कीता जिस नाल इस मसले ते काबू पाउण दी कोशिश कीती जाएगी। इस च घोस्ट गन्स यानी कि देसी तरीके नाल बणियां बंदूकां लई वधेरे रेगुलेशंस भी शामिल कीतियां गईयां। उन्हां इस दौरान अटलांटा दी मसाज पार्लरस दी मास शूटिंग ते कुछ होर घटनावां दा भी जिक्र कीता। बाइडन ने कहा कि उन्हां दे पास कीते ऑर्डरस विच कुछ सीमावां हन अते उन्हां सैनेट नूं मंग कीती के हाउस वालों पास किए निर्देशों से किसी किस्म के लूप होल्स को खत्म करने पर काम किया जाए। गन वायलेंस इन दिस कंट्री इज एन एपिडेमिक। लेट मी से इट अगेन, गन वायलेंस इन दिस कंट्री इज एन एपिडेमिक एंड इट्स एन इंटरनेशनल एम्बैरेसमेंट। यू नो, आई वांट टू सी दीज किड्स ट्रीटेड एज फायरआर्म्स अंडर द गन कंट्रोल एक्ट, व्हिच इज गोइंग टू रिक्वायर दैट द सेलर एंड मैन्युफैक्चरर्स मेक द की पार्ट्स विद सीरियल नंबर्स and run background checks on the buyers when they walk in to buy that package. ਭਾਰਤ ਵਿੱਚ ਕੇਂਦਰ ਸਰਕਾਰ ਨੇ ਪੰਜਾਬ ਵਿੱਚ ਨਵੇਂ ਪ੍ਰੋਕਿਊਰਮੈਂਟ ਸੀਜ਼ਨ ਦੌਰਾਨ ਆੜਤੀਆਂ ਜ਼ਰੀਏ ਕਿਸਾਨਾਂ ਨੂੰ ਪੇਮੈਂਟ ਕਰਨ ਦੀ ਮੰਗ ਠੁਕਰਾ ਦਿੱਤੀ ਹੈ। ਭਾਰਤ ਸਰਕਾਰ ਨੇ ਕਿਹਾ ਕਿ ਪੰਜਾਬ ਨੂੰ ਕਿਸਾਨਾਂ ਨੂੰ ਸਿੱਧੀ ਅਦਾਇਗੀ ਕਰਨੀ ਹੋਵੇਗੀ। ਅਜਿਹੇ ਵਿੱਚ ਸ਼ੁੱਕਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆੜਤੀਆਂ ਦੇ ਨਾਲ ਇੱਕ ਮਹੱਤਵਪੂਰਨ ਬੈਠਕ ਸੱਦੀ ਹੈ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਯਕੀਨੀ ਬਣਾਵਾਂਗੇ ਕਿ ਕਣਕ ਦੀ ਖਰੀਦ ਦੌਰਾਨ ਆੜਤੀਆਂ ਦੇ ਹਿੱਤਾਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇ। ਦੱਸ ਦਈਏ ਕਿ ਪੰਜਾਬ ਵਿੱਚ 10 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਰਹੀ ਹੈ।